ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸੇ ਵਿਚਕਾਰ ਇੱਕ ਹੋਰ ਵਿਭਾਗੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 30 ਸਾਲ ਦੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ। ਜੀ ਹਾਂ, ਦੱਸ ਦਈਏ ਕਿ 12 ਸਾਲ ਪਹਿਲਾਂ ਇਹ ਨੌਜਵਾਨ ਵਿਦੇਸ਼ ਗਿਆ ਸੀ ਆਪਣੇ ਚੰਗੇ ਭਵਿੱਖ ਦੇ ਲਈ। ਬੜੇ ਚਾਵਾਂ ਦੇ ਨਾਲ ਘਰਦਿਆਂ ਨੇ ਇਸ ਨੂੰ ਭੇਜਿਆ ਸੀ, ਪਰ ਹੁਣ ਇਸਦੀ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ। ਜਿਸ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਵੀ ਹੋਸ਼ ਉੱਡ ਗਏ ਨੇ ਅਤੇ ਘਰ ਦੇ ਵਿੱਚ ਸੱਥਰ ਵਿੱਚ ਗਿਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਲਵੀਰ ਸਿੰਘ ਵਜੋਂ ਹੋਈ ਹੈ, ਜੋ ਕਿ ਮਲੇਰਕੋਟਲਾ ਦੇ ਨੇੜਲੇ ਪਿੰਡ ਹੈਦਰ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋ ਭਰਾ ਨੇ, ਇੱਕ ਭਰਾ ਕੈਨੇਡਾ ਦੇ ਵਿੱਚ ਹੈ ਅਤੇ ਦੂਸਰਾ ਇਹ ਆਪ ਸੀ ਜੋ ਕਿ ਅਮੈਰੀਕਾ ਦੇ ਵਿੱਚ ਸੀ। ਆਪਣੇ ਚੰਗੇ ਭਵਿੱਖ ਦੇ ਲਈ ਇਹ ਅਮੈਰੀਕਾ ਦੇ ਵਿੱਚ ਵਧੀਆ ਕੰਮ 'ਤੇ ਲੱਗਿਆ ਹੋਇਆ ਸੀ, ਸਾਰਾ ਕੁਝ ਸਹੀ ਚੱਲਦਾ ਸੀ, ਪਰ ਅਚਾਨਕ ਹੀ ਹੁਣ ਇਸਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਤਾਂ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੇ ਦੌਰਾਨ ਇਸਦੀ ਮੌਤ ਹੋ ਗਈ ਹੈ। ਤਾਂ 12 ਸਾਲ ਪਹਿਲਾਂ ਇਸ ਨੂੰ ਅਮੈਰੀਕਾ ਦੇ ਵਿੱਚ ਭੇਜਿਆ ਸੀ ਅਤੇ ਜਨਵਰੀ ਦੇ ਮਹੀਨੇ ਦੇ ਵਿੱਚ ਹੀ ਇਸਨੇ ਪਹਿਲੀ ਵਾਰ ਅਮੈਰੀਕਾ ਤੋਂ 12 ਸਾਲਾਂ ਬਾਅਦ ਆਪਣੇ ਘਰ ਆਉਣਾ ਸੀ, ਪਰ ਹੁਣ ਇਸਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇ ਹੈ, ਉਸਨੂੰ ਜਲਦ ਤੋਂ ਜਲਦ ਵਤਨ ਵਾਪਸ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਤਾਂ ਮਲੇਰਕੋਟਲਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਵਿਦੇਸ਼ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। 12 ਸਾਲਾਂ ਬਾਅਦ ਉਸਨੇ ਜਨਵਰੀ ਮਹੀਨੇ ਦੇ ਵਿੱਚ ਪਹਿਲੀ ਵਾਰ ਆਪਣੇ ਘਰ ਆਉਣਾ ਸੀ ਅਤੇ 12 ਸਾਲ ਉਸਨੂੰ ਵਿਦੇਸ਼ ਗਿਆ ਹੋ ਗਏ ਸੀ। ਉਸ ਤੋਂ ਬਾਅਦ ਇਹ ਆਪਣੇ ਘਰ ਨਹੀਂ ਸੀ ਆਇਆ ਅਤੇ ਹੁਣ ਜਨਵਰੀ ਦੇ ਮਹੀਨੇ ਦੇ ਵਿੱਚ ਆਉਣਾ ਸੀ ਅਤੇ ਪਰ ਠੀਕ ਉਸ ਤੋਂ ਪਹਿਲਾਂ ਹੁਣ ਇਸਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਕਾਰਨ ਵੈਸੇ ਜੀ ਤਾਂ ਨੋਰਮਲ ਸੀ, ਹਫ਼ਤਾ ਪਹਿਲਾਂ ਇਹਦੀ ਮੈਡੀਕਲ ਰਿਪੋਰਟ ਆਈ ਹੈ, ਉਹਦੇ ਵਿੱਚ ਕੋਈ ਬਿਮਾਰੀ ਤਾਂ ਆਈ ਨਹੀਂ। ਹਾਂਜੀ, ਤੇ ਬਿਲਕੁਲ ਠੀਕ ਸੀਗਾ, ਖੁਸ਼ ਸੀਗਾ। ਇਹ ਅਚਾਨਕ ਹੀ ਹੋਇਆ ਜੀ। ਕੀ ਪਹਿਲਾਂ ਕਦੇ ਉਸਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਵੀ ਮੈਨੂੰ ਕੋਈ ਪ੍ਰੋਬਲਮ ਹੈਗੀ ਆ, ਮੈਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਹੈਗੀ ਵੀ ਜਿਹਦੇ ਕਾਰਨ ਮੈਨੂੰ ਪਰੇਸ਼ਾਨੀ ਆਉਂਦੀ ਹੈ? ਨਹੀਂ ਜੀ, ਇਸ ਹੁਣ ਤਾਂ ਨਹੀਂ, ਸਾਲ ਡੇਢ ਸਾਲ ਪਹਿਲਾਂ ਹੋਇਆ ਸੀ, ਉਦੋਂ ਹਫ਼ਤਾ ਕੁ ਢਿੱਲਾ ਰਿਹਾ ਸੀ ਅਤੇ ਉਸ ਤੋਂ ਬਾਅਦ ਕੋਈ ਨਹੀਂ, ਨੋਰਮਲ ਸੀ। ਉਹਦੀ ਮੈਡੀਸਨ ਵਗੈਰਾ ਬਾਹਰੋਂ ਚੱਲਦੀ ਸੀ ਜਾਂ ਇੱਧਰੋਂ ਮੰਗਵਾ ਕੇ ਉਪਲਬਧ ਕਰਾਈ ਜਾਂਦੀ ਸੀ? ਮੈਡੀਸਨ ਤਾਂ ਜੀ ਲੋੜ ਹੀ ਨਹੀਂ ਨਾ ਪਈ ਨਾ, ਉੱਧਰੋਂ ਹੀ ਲੈਂਦੇ ਸੀ ਜੇ ਕੋਈ ਲੋੜ ਹੈਗੀ ਸੀ ਤਾਂ, ਇੱਧਰੋਂ ਤਾਂ ਕੋਈ ਭੇਜੀ ਨਹੀਂ ਕਦੇ। ਪਿੰਡ ਹਥੋਈ ਹੈਦਰਨਗਰ ਕਹਿੰਦੇ ਆ, ਇੱਥੇ ਕੀ ਗੱਲ ਹੋਇਆ ਜੀ, ਇੱਥੇ ਆਪਾਂ ਇਕੱਠੇ ਹੋਏ ਅੱਜ, ਇੱਥੇ ਕੀ ਗੱਲ ਹੋਈ? ਇਹ ਬੇਟਾ ਸੀਗਾ ਜੀ, ਤਕਰੀਬਨ 12 ਸਾਲ ਤੋਂ 12.5 ਸਾਲ ਤੋਂ ਗਿਆ ਸੀ ਅਮਰੀਕਾ। ਹਾਂਜੀ ਹਾਂਜੀ, ਤੇ ਦੱਸੋ ਕੀ ਨਾਮ ਸੀ ਬੇਟੇ ਦਾ ਜੀ? ਕੁਲਵੀਰ ਸਿੰਘ। ਕਿਹੜੀ ਜਗ੍ਹਾ ਗਿਆ ਸੀ ਬੇਟਾ? ਅਮਰੀਕਾ ਜੀ। ਅਮਰੀਕਾ ਗਿਆ ਸੀਗਾ, 12.5 ਸਾਲ ਹੋ ਗਏ ਬਾਹਰ ਗਏ ਨੂੰ। ਹਾਂਜੀ, ਉੱਥੇ ਕੀ ਕੰਮ ਕਰਦੇ ਸੀ ਅਮਰੀਕਾ ਦੇ ਵਿੱਚ? ਉੱਥੇ ਟਰੱਕ ਚਲਾਉਂਦਾ ਸੀਗਾ ਜੀ। ਅੱਛਾ ਜੀ, ਕੀ ਕਾਰਨ ਹੋਇਆ ਜਿਹਦੇ ਉਹਨਾਂ ਦੀ ਮੌਤ ਹੋਈ ਅਚਾਨਕ, ਉਹਦਾ ਕੀ ਕਾਰਨ ਹੋਇਆ ਜਿਹੜਾ ਪਤਾ ਲੱਗਿਆ ਹੋਊਗਾ ਆਪਾਂ ਨੂੰ? ਕਾਰਨ ਤਾਂ ਜੀ ਅਸਲ ਵਿੱਚ ਬਿਮਾਰੀ ਦਾ ਕੋਈ ਵੀ ਨਹੀਂ ਸੀ ਉਹਨੂੰ, ਬੱਚੇ ਨੂੰ ਨਾ ਕੋਈ ਇਹਦਾ ਨਸ਼ਾ ਵਗੈਰਾ ਕਰਦਾ ਸੀ, ਕਿਉਂਕਿ ਮੈਂ ਵੀ ਕੈਨੇਡਾ ਤੋਂ ਹੀ ਆਇਆ। ਹਾਂਜੀ, ਮੈਂ ਉੱਥੇ ਗਿਆ ਸੀ 5 ਤਰੀਕ ਨੂੰ ਸਮੇਂ, ਮੇਰੀ ਬੇਟੀ ਨੂੰ ਫੋਨ ਆਇਆ ਉਧਰੋਂ, ਇਹਨਾਂ ਦੇ ਮਾਮਾ ਜੀ ਦਾ, ਠੀਕ ਹੈ ਜੀ, ਉਦੋਂ ਹਾਂਜੀ ਕਹਿੰਦੇ ਵੀ ਐਂ ਗੱਲ ਹੋ ਗਈ। ਹਾਂਜੀ, ਤੇ ਉਹਨੇ ਲਾਸਟ ਫੋਨ ਉਹਦਾ ਦੋਸਤਾਂ ਮੁੰਡਾ ਉਹਨੂੰ ਕੀਤਾ, ਠੀਕ ਹੈ, ਉਹਨੂੰ ਫੋਨ ਕਰਕੇ ਕਹਿੰਦਾ ਵੀ ਮੇਰੇ ਪੇਟ 'ਚ ਦਰਦ ਹੋ ਰਿਹਾ ਜੀ। ਉਹ ਕਹਿੰਦਾ ਵੀ ਤੂੰ ਕਈ ਵਾਰੀ ਆਉਂਦਾ ਵੀ ਕੋਈ ਆਪਾਂ ਨੂੰ ਪੇਟ ਦੀ ਪ੍ਰੋਬਲਮ, ਵੈਸੇ ਲੂਜ਼ ਮੋਸ਼ਨ ਵਗੈਰਾ ਜਾਂ ਉਹ ਕਿਸੇ ਕਿਸਮ ਦੀ ਹੋ ਜਾਂਦੀ ਆ। ਹਾਂਜੀ, ਵੀ ਉਹਦੇ ਕਰਕੇ ਵੀ ਤੂੰ ਐਂ ਕਰ, ਗੱਡੀ ਸਾਈਡ 'ਤੇ ਲਾ ਅਤੇ ਮਾੜਾ ਵਾਸ਼ਰੂਮ ਵਗੈਰਾ ਜਾ ਕੇ। ਹਾਂਜੀ, ਇਹ ਗੈਸ ਜਿੱਥੇ ਰਹਿੰਦੇ ਉਦੋਂ 25-2600 ਕਿਲੋਮੀਟਰ ਅੱਗੇ ਗਿਆ ਸੀ ਟਰੱਕ ਲੈ ਕੇ, ਠੀਕ ਹੈ ਜੀ, ਬਿਲਕੁਲ ਨੋਰਮਲ ਸੀ, ਕੋਈ ਐਸੀ ਪ੍ਰੋਬਲਮ ਨਹੀਂ ਸੀ। ਅਤੇ ਉੱਥੇ ਜਾ ਕੇ ਇਹਨੇ ਗੱਡੀ ਪੰਪ 'ਤੇ ਖੜਾਈ ਆ, ਪੰਪ 'ਤੇ ਖੜਾ ਕੇ ਜਦੋਂ ਅੰਦਰ ਵਾਸ਼ਰੂਮ ਗਿਆ, ਉੱਥੇ ਜਾ ਕੇ ਇਹਨੂੰ ਚੱਕਰ ਆਇਆ ਬਸ ਉੱਥੇ। ਜੀ, ਉਹਨੂੰ ਦੱਸਿਆ ਵੀ ਕਹਿੰਦਾ ਮੇਰੇ ਪੇਟ 'ਚ ਦਰਦ ਹੋ ਰਿਹਾ, ਜਦੋਂ ਬਸ ਉੱਥੇ ਭਾਵ ਉੱਥੇ ਗਿਆ ਪਿਆ। ਓਕੇ, ਫਿਰ ਕਿਵੇਂ ਪਤਾ ਲੱਗਿਆ ਪਰਿਵਾਰਕ ਮੈਂਬਰਾਂ ਨੂੰ ਵੀ ਜਿਹੜਾ ਆਹ ਭਾਣਾ ਵਾਪਰ ਚੁੱਕਿਆ ਉਸ ਬੇਟੇ ਨਾਲ?
ਪਰਿਵਾਰਕ ਮੈਂਬਰਾਂ ਨੂੰ ਜੀ ਉੱਥੇ ਸਾਡੀ ਇਹਦਾ ਬੇਟੇ ਦਾ ਮਾਮਾ ਜੀ ਹੈ ਮੇਰੇ ਜਵਾਈ ਦਾ, ਉਹ ਕੋਲੇ ਸੀ, ਉਹਨੂੰ ਫਿਰ ਉਹਨੇ ਜਦੋਂ ਉਹਦਾ ਆਈ ਕਾਰਡ ਵਗੈਰਾ ਉਹਦੇ ਵਿੱਚੋਂ ਕੱਢਿਆ ਟਰੱਕ ਦੇ ਵਿੱਚੋਂ, ਉਹਨਾਂ ਨੂੰ ਫੋਨ ਕੀਤਾ, ਉਹਨੇ ਫਿਰ ਮਤਲਬ ਮੇਰੀ ਬੇਟੀ ਨੂੰ ਫੋਨ ਕੀਤਾ, ਬੱਚੇ ਸਾਡੇ ਬੱਚੇ ਕੈਨੇਡਾ ਬੈਠੇ, ਹਾਂਜੀ ਬੇਟੀ ਨੂੰ ਫੋਨ ਆਇਆ, ਬੇਟੀ ਨੇ ਫਿਰ ਮੈਨੂੰ ਫੋਨ ਕੀਤਾ, ਪਾਪਾ ਆਹ ਗੱਲ ਹੋ ਗਈ, ਫਿਰ ਅਸੀਂ ਇੱਥੇ ਫੋਨ ਕੀਤੇ ਘਰ। ਕੀ ਕੁਲਵੀਰ ਸਿੰਘ ਵਿਆਹੇ ਹੋਏ ਸੀ? ਨਹੀਂ ਜੀ, ਅਨਮੈਰਿਡ ਸੀ ਜੀ, ਅੱਗੇ ਉਹਨੇ ਜਨਵਰੀ ਵਿੱਚ ਆਉਣਾ ਸੀਗਾ ਜੀ, 30 ਸਾਲ ਦੇ ਹੋ ਗਏ, 31 ਮਹੀਨਾ ਲੱਗ ਰਿਹਾ ਸੀ ਹੁਣ, ਅੱਗੇ ਬਸ ਮੈਰਿਜ ਬਾਰੇ ਵਿਚਾਰ ਚੱਲ ਰਿਹਾ ਸੀ ਅੱਗੇ ਮੈਰਿਜ ਕਰਨੀ ਸੀ। ਕੁਲਵੀਰ ਸਿੰਘ ਦੇ ਬ੍ਰਦਰ ਵੀ ਬਾਹਰ ਹੀ ਨੇ ਜੀ? ਉਹ ਵੀ ਬ੍ਰਦਰ, ਕਿਹੜੀ ਕੰਟਰੀ 'ਚ ਨੇ? ਉਹ ਵੀ ਕੈਨੇਡਾ ਜੀ। ਕੁਲਵੀਰ ਸਿੰਘ ਸੁਣ ਚ ਆਵੇ PR ਵੀ ਹੋ ਚੁੱਕੇ ਸੀ ਇਹਨਾਂ? ਉਹਨੂੰ 4-3.5 ਮਹੀਨੇ ਹੋਏ ਸੀਗੇ ਜੀ, ਗ੍ਰੀਨ ਕਾਰਡ ਮਿਲ ਗਿਆ ਸੀਗਾ ਜੀ, ਹੁਣ ਗ੍ਰੀਨ ਕਾਰਡ ਮੇਰੇ ਤੋਂ ਬਾਅਦ ਹੀ ਹੁਣ ਇਸ ਕਰਕੇ ਉਹਨੇ ਆਉਣਾ ਸੀ ਵੀ ਚਲੋ ਮਾਂ ਬਾਪ ਨੂੰ ਮਿਲਿਆ। ਮਾਂ ਠੀਕ ਹੈ ਜੀ।